ਲੀਡ ਕਰਿਓ ਨਹੀਂ ਮੀਡੀਆ ਦਾ ਵੈਲਕਮ ਕਰਦਾ ਹਾਂ ਜਿਵੇਂ ਕਿ ਸਾਡਾ ਕੋਈ ਵੀ ਸੰਦੇਸ਼ ਹੋਵੇ ਚਾਹੇ ਗੁਰਪੁਰਬ ਹੋਵੇ ਨਗਰ ਕੀਰਤਨ ਹੋਵੇ ਜਿਸ ਤਰ੍ਹਾਂ ਅੱਜ ਸਫਰੇ ਸ਼ਹਾਦਤ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਠੀਕ ਹੈ ਮਾਤੇ ਬੜਾ ਗੁਰਦੁਆਰਾ ਗੁਰੂ ਅੰਗਦ ਦੇਵ ਜੀ ਪ੍ਰੀਤਨਗਰ ਤੋਂ ਆਰੰਭ ਹੋ ਕੇ ਨਾਨਕ ਨਗਰ ਗੁਰਦੁਆਰਾ ਸੰਤਪੁਰਾ ਡੰਡਾ ਤੋਂ ਆਉਂਦਾ ਹੋਇਆ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਤੋਂ ਗਾਂਧੀ ਨਗਰ ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਆ ਕੇ ਸਮਾਪਤ ਹੋਏਗਾ ਸਫਰੇ ਸ਼ਹਾਦਤ ਅਤੇ ਸਾਰੀ ਸਿੱਖ ਸੰਗਤ ਨੂੰ ਦੱਸ ਦਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਆਪ ਜੀ ਨੇ 12 ਦੇ ਵਧੀਕ ਬਾਣੀ ਵਿੱਚ ਲਿਖ ਦਿੱਤਾ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਇੱਕ ਪਾਸੇ ਬਾਬਰ ਸੀ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਸਨ ਜੋ ਉਹਨਾਂ ਦੀ ਅਹਿਮਦਾਬਾਦ ਵਿੱਚ ਆਹਮਣੇ ਸਾਹਮਣੇ ਟੱਕਰ ਹੋਈ ਤਾਂ ਬਾਬਰ ਨੂੰ ਨਿਭਣਾ ਪਿਆ ਗੁਰੂ ਨਾਨਕ ਪਾਤਸ਼ਾਹ ਸਿੱਖ ਧਰਮ ਦੀ ਨੀਂਹ ਰੱਖ ਗਏ ਸਿੱਖ ਨੂੰ ਜੀਣ ਦੀ ਜਾਚ ਦੱਸੀ ਕਰਮ ਕਾਂਡੀਆਂ ਨੂੰ ਠੱਲ ਪਾਈ ਚੋ ਵਰਨਾ ਦੇ ਵਿੱਚ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਸੰਦੇਸ਼ ਸਾਰੇ ਕਾਇਨਾਤ ਵਿੱਚ ਦਿੱਤਾ ਸਮਾਂ ਲੰਘਦਾ ਗਿਆ ਪੰਜਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਹਾਂਗੀਰ ਦੇ ਸਾਹਮਣੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਰੂਪ ਵਿੱਚ ਲਾਹੌਰ ਦੇ ਵਿੱਚ ਸ਼ਹੀਦੀ ਦਿੰਦੇ ਨੇ ਤਾਂ ਸੰਦੇਸ਼ ਦਿੰਦੇ ਨੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਂਗੇ ਉਸ ਨਿਮਰਤਾ ਨੂੰ ਪੱਲੇ ਬਣ ਕੇ ਸ਼ਹੀਦੀ ਦੇ ਕੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਸਫਰੇ ਸ਼ਹਾਦਤ ਆਰੰਭ ਹੋਈ ਫਿਰ ਉਹਨਾਂ ਦੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਦਾ ਗੱਦੀ 'ਤੇ ਬੈਠਦੇ ਨੇ ਮੀਰੀ ਦੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਦੇ ਨੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਬੈਠੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪੈਣੀਆਂ ਸਮਾਂ ਲੰਘਦਾ ਗਿਆ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨੌਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨੌਵੇਂ ਜਾਮੇ ਵਿੱਚ ਆ ਕੇ ਬੈਠੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰੂਪ ਵਿੱਚ ਜਿਨ੍ਹਾਂ ਨੇ ਉਸ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਦੋਂ ਔਰੰਗਜ਼ੇਬ ਨੇ ਬਹੁਤ ਜ਼ੁਲਮ ਕੀਤੇ ਨੇ ਉਸ ਵਕਤ ਕਸ਼ਮੀਰ ਤੋਂ ਇਹ ਜ਼ੁਲਮ ਆਰੰਭ ਹੋਏ ਉਸ ਵਕਤ ਗੁਰੂ ਤੇਗ ਬਹਾਦਰ ਪਾਤਸ਼ਾਹ ਪਾਸ ਪੰਡਿਤ ਕਿਰਪਾ ਰਾਮ ਆਪਣੇ 17 ਸਾਥੀਆਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਅਤੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੀ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਗੁਰੂ ਗੁਰੂ ਤੇਗ ਬਹਾਦਰ ਅਗਰ ਇਸਲਾਮ ਕਬੂਲ ਕਰ ਲਵੇਗਾ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਉਸ ਵਕਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹਿੰਦੂ ਧਰਮ ਦੀ ਬਾਂਹ ਫੜੀ ਤਾਂ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਪਾਸੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਐਸਾ ਸਾਕਾ ਕੀਤਾ ਤਿਲਕ ਅਤੇ ਜੰਜੂ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਜਨੇਊ ਨੂੰ ਪਾਉਣ ਲਈ ਗੁਰੂ ਨਾਨਕ ਪਾਤਸ਼ਾਹ ਨੇ ਮਨਾਈ ਕੀਤੀ ਉਸ ਜਨੇਊ ਨੂੰ ਲਾਹਣ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਸ਼ਹੀਦੀ ਦਿੱਲੀ ਵਿਖੇ ਦੇ ਦਿੱਤੀ ਸਮਾਂ ਲੰਘਦਾ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰਦਾ ਗੱਦੀ 'ਤੇ ਬੈਠਦੇ ਨੇ ਇਸ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਲਈ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਸ਼ਾਹਜਹਾਂ ਨਾਲ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 14 ਜੰਗਾਂ ਲੜੀਆਂ 14 ਵਿੱਚ ਜਿੱਤ ਪ੍ਰਾਪਤ ਕੀਤੀ ਜਿਨ੍ਹਾਂ ਨੂੰ ਅੱਜ ਅਸੀਂ ਸਰਬਸਦਾਨੀ ਕਹਿੰਦੇ ਹਾਂ ਆਪਣੇ ਚਾਰ ਪੁੱਤਰਾਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਦੀ ਸ਼ਹਾਦਤ 22 ਤਰੀਕ ਤੋਂ ਲੈ ਕੇ 27 ਤਰੀਕ ਤੱਕ ਉਹ ਦਿਨ ਅੱਜ ਕੱਲ੍ਹ ਚੱਲ ਰਹੇ ਨੇ ਜਿਸ ਦੇ ਸੰਬੰਧ ਵਿੱਚ ਸਾਰੀ ਸਿੱਖ ਕੌਮ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਕਾ ਸਿੱਖ ਹੈ ਇਹਨਾਂ ਦਿਹਾੜਿਆਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਗੁਰੂ ਪਾਤਸ਼ਾਹ ਜੀ ਦੇ 5 ਜੀ 22 ਦਸੰਬਰ ਤੋਂ ਲੈ ਕੇ 27 ਦਸੰਬਰ 1704 ਨੂੰ ਸ਼ਹੀਦੀ ਪਾਉਂਦੇ ਨੇ ਉਹਨਾਂ ਸਫਰੇ ਸ਼ਹਾਦਤ ਦੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਪ੍ਰੀਤਨਗਰ ਤੋਂ 25 ਤਰੀਕ ਸਵੇਰੇ ਸ਼ਾਮ ਨੂੰ 25 ਤਰੀਕ ਸ਼ਾਮ ਨੂੰ ਪ੍ਰਭਾਤ ਫੇਰੀ ਆਰੰਭ ਹੋਏਗੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰਦੁਆਰਾ ਸੰਤਪੁਰਾ ਡੰਡਾ ਨਾਨਕ ਨਗਰ ਵਿਖੇ ਹੋ ਕੇ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਤੋਂ ਹੁੰਦੀ ਹੋਈ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਏਗੀ
ਸਰਬਤ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਹੁਣ ਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਜਿਸ ਦੇ ਵਿੱਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨ ਸਭਾਵਾਂ ਪੰਥ ਦਰਦੀ ਹੋਰ ਸਾਰੀਆਂ ਆਰਗਨਾਈਜੇਸ਼ਨ ਇਸ ਦੇ ਵਿੱਚ ਭਾਗ ਲੈਣਗੀਆਂ ਪੰਥ ਦੇ ਪ੍ਰਸਿੱਧ ਰਾਗੀ ਜਥੇ ਪ੍ਰਸਿੱਧ ਪ੍ਰਚਾਰਕ ਪ੍ਰਸਿੱਧ ਢਾਡੀ ਇਸ ਵਿੱਚ ਭਾਗ ਲੈਣਗੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਪ੍ਰੀਤ ਨਗਰ ਤੋਂ 4 ਵਜੇ ਆਰੰਭ ਹੋ ਗਏ 6 ਵਜੇ ਗੁਰਦੁਆਰਾ ਬਾਬਾ ਫਤਿਹ ਸਿੰਘ ਸਮਾਪਤ ਹੋਏਗੀ ਸਾਰੇ ਹੁਣ ਘੁਮਾ ਕੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ